ਸਤਿ ਸ਼੍ਰੀ ਅਕਾਲ ਜੀ, ਮੈਂ ਰੁਪਿੰਦਰ ਜਲਾਲ ਅਤੇ ਮੇਰੇ ਨਾਲ ਜੌਨੀ ਕਬੱਡੀ ਖਿਡਾਰੀ ਹੈ, ਪਿੰਡ ਦਾ ਮਹਿਮਦ ਕੇ ਹੈ, ਜ਼ਿਲ੍ਹਾ ਹੈਗਾ ਫਤਿਹਾਬਾਦ, ਹਰਿਆਣੇ ਦੇ ਵਿੱਚ ਪੈਂਦਾ ਜੀ। ਇਹ ਕਬੱਡੀ ਦਾ ਖਿਡਾਰੀ ਆ, 65 ਕਿਲੋ ਖੇਡਦਾ ਖੇਡਦਾ ਇਹ 75 ਕਿਲੋ ਦੇ ਵਿੱਚ ਖੇਡਣ ਲੱਗਿਆ ਸੀਗਾ। ਹਜੇ ਤੀਜਾ ਮੈਚ ਹੀ ਤੁਸੀਂ ਲਾਇਆ ਸੀ ਨਾ ਵੀਰੇ, ਔਰ ਇਹਦੇ ਵੀਰ ਦੇ ਨਾ ਗੋਡੇ ਦਾ ਲਿਗਾਮੈਂਟ ਜਿਹੜਾ ਉਹ ਟੁੱਟ ਗਿਆ। ਸੋ ਤੁਹਾਨੂੰ ਪਤਾ ਹੀ ਆ, ਹਰ ਰੋਜ਼ ਕਬੱਡੀ ਦੇ ਖਿਡਾਰੀਆਂ ਦੇ ਸੱਟਾਂ ਲੱਗਦੀਆਂ। ਚਲੋ ਆਪਾਂ ਜਿੰਨਾ ਕੁ ਵੀ ਆਪਣੇ ਵੱਲੋਂ ਐਫਰਟ ਹੁੰਦਾ ਆਪਾਂ ਕਰੀਦਾ ਹਨਾ, ਵੀ ਮੁੰਡੇ ਜਿਹੜੇ ਸੱਟਾਂ ਵਾਲੇ ਆ ਉਹ ਦੁਬਾਰਾ ਉੱਠ ਖੜਨ, ਉਹ ਉੱਠਣਗੇ ਤਾਂ ਜੇ ਉਹਨਾਂ ਦੀ ਚੰਗੇ ਤਰੀਕੇ ਨਾਲ ਮਦਦ ਹੋਊਗੀ, ਚੰਗਾ ਉਹਨਾਂ ਦਾ ਇਲਾਜ ਹੋਊਗਾ। ਇਹ ਹੁਣ ਵੀਰ ਆਇਆ ਮੇਰੇ ਕੋਲ ਕਾਫੀ ਦਿਨਾਂ ਤੋਂ, ਜਾਣੀ ਕਿ ਮੇਰੇ ਕੰਟੈਕਟ ਦੇ ਵਿੱਚ ਸੀਗਾ, ਤੇ 2-3 ਵਾਰੀ ਅਸੀਂ ਟੂਰਨਾਮੈਂਟਾਂ ਤੇ ਵੀ ਬੁਲਾਇਆ ਤੇ ਉਹ ਜਿਹੜਾ ਗੇੜਾ ਨਹੀਂ ਲੱਗਿਆ ਤੇ ਮਦਦ ਨਹੀਂ ਹੋਈ ਇਹਦੀ ਵੀਰ ਦੀ। ਸੋ ਇਹ ਵੀਡੀਓ ਪਾਉਣ ਦਾ ਸਾਡਾ ਮਕਸਦ ਇਹੋ ਆ ਵੀ ਇਹ 22 ਸਾਲ ਦਾ ਨੌਜਵਾਨ ਆ, ਇਹਦੇ ਮਾਂ ਪਿਓ ਬੜੇ ਹੀ ਜਾਣੀ ਕਿ ਲੋੜਵੰਦ ਪਰਿਵਾਰ ਦਾ ਇਹ ਗੱਭਰੂ, ਕਿਉਂਕਿ ਕਬੱਡੀ ਵਾਲੇ ਜਿਹੜੇ ਕੋਈ ਜ਼ਿਆਦਾ ਅਮੀਰਾਂ ਘਰਾਂ ਦੇ ਵਿੱਚੋਂ ਨਹੀਂ ਹੁੰਦੇ, ਬਹੁਤ ਨੋਰਮਲ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਟੂਰਨਾਮੈਂਟਾਂ ਦਾ ਸ਼ਿੰਗਾਰ ਬਣਦੇ ਆ। ਕਾਮਯਾਬੀ ਮਿਲੇ ਨਾ ਮਿਲੇ ਉਹ ਵੱਖਰੀ ਗੱਲ ਆ, ਪਰ ਸੱਟ ਜ਼ਰੂਰ ਮਿਲਦੀ ਆ ਕਬੱਡੀ ਦੇ ਵਿੱਚ। ਸੋ ਜਦੋਂ ਵੀ ਕਿਸੇ ਪਲੇਅਰ ਦੇ ਸੱਟ ਲੱਗਦੀ ਆ ਤੇ ਸਾਡੇ ਜਿਹੜੇ ਦਰਸ਼ਕ ਨੇ ਕਬੱਡੀ ਨੂੰ ਪਿਆਰ ਕਰਨੇ, ਕਬੱਡੀ ਨੂੰ ਚਾਹੁਣ ਵਾਲੇ, ਉਹ ਹਮੇਸ਼ਾ ਸਾਡੇ ਕਬੱਡੀ ਵਾਲਿਆਂ ਦੇ ਨਾਲ ਖੜਦੇ ਆ। ਤੇ ਇਹ ਵੀਰ ਦੇ ਨਾਲ ਵੀ ਮੇਰੀ ਹੱਥ ਬੰਨ ਕੇ ਬੇਨਤੀ ਆ, ਤੁਹਾਡੇ ਅੱਗੇ ਰਿਕੁਐਸਟ ਆ ਵੀ ਬਹੁਤ ਹੀ ਵਧੀਆ ਪਲੇਅਰ ਆ, ਟੈਲੈਂਟ ਆ ਮੁੰਡੇ 'ਚ, ਆਉਣ ਵਾਲੇ ਸਮੇਂ ਦੇ ਵਿੱਚ ਇਹ ਉੱਠ ਸਕਦਾ ਜੇ ਅੱਜ ਇਹਦੀ ਮਦਦ ਹੋਊਗੀ। ਇਹਦਾ ਨੰਬਰ ਹੈਗਾ ਜੀ 97,000,970,000,31,131, 97,038,131 ਇਹਦਾ ਗੂਗਲ ਪੇ ਨੰਬਰ ਆ। ਅਸੀਂ ਆਪਦੀ ਪੋਸਟ ਦੇ ਵਿੱਚ ਇਹਦਾ ਬਕਾਇਦਾ ਤੌਰ ਤੇ ਜਿਹੜਾ ਅਕਾਊਂਟ ਵਗੈਰਾ ਬੈਂਕ ਦਾ ਉਹ ਵੀ ਜ਼ਰੂਰ ਦੇਵਾਂਗੇ। ਸਾਡੀ ਹੱਥ ਬੰਨ ਕੇ ਬੇਨਤੀ ਆ, ਕਿਉਂਕਿ ਜਿਸ ਇਲਾਕੇ ਦੇ ਵਿੱਚੋਂ ਇਹ ਨੌਜਵਾਨ ਮੁੰਡਾ ਆਇਆ ਉੱਥੇ ਨਾ ਤੇ ਇਹਨੇ ਜਾਣੀ ਕਿ ਆਪਾਂ ਕਹਿ ਦਈਏ ਵੀ ਪ੍ਰਮੋਟਰ ਨੇ ਹੈ ਹੀ ਨਹੀਂ ਪਹਿਲੀ ਗੱਲ ਤਾਂ, ਔਰ ਨਾ ਹੀ ਜਾਣੀ ਕਿ ਆਪਾਂ ਕਹਿ ਦਈਏ ਵੀ ਜਿਹੜੇ ਉੱਥੇ ਆਪਾਂ ਜਿਹੜੇ ਵੱਡੇ ਵੱਡੇ ਟੂਰਨਾਮੈਂਟ ਚਾਹੇ ਹੁੰਦੇ ਨੇ, ਪਰ ਉਹਨਾਂ ਦੇ ਬਜਟ ਉਸ ਲੈਵਲ ਦੇ ਨਹੀਂ ਹੁੰਦੇ ਜਿਸ ਲੈਵਲ ਦੇ ਸਾਡੇ ਇੱਧਰ ਆਪਾਂ ਕਹਿ ਦਈਏ ਵੀ ਪੰਜਾਬ ਦੇ ਵਿੱਚ ਹੁੰਦੇ ਨੇ। ਹਰਿਆਣੇ ਦੇ ਵਿੱਚ ਟੂਰਨਾਮੈਂਟ ਹੁੰਦੇ ਆ, ਕਬੱਡੀ ਨੂੰ ਲੋਕ ਬਹੁਤ ਪਿਆਰ ਕਰਦੇ ਆ, ਇਹਦੀ ਕੋਈ ਗੱਲ ਨਹੀਂ, ਪਰ ਸਾਡੀ ਹੱਥ ਬੰਨ ਕੇ ਇਹੋ ਬੇਨਤੀ ਆ ਵੀ ਆਪਾਂ ਵੱਧ ਚੜ ਕੇ ਮੁੰਡੇ ਦਾ ਸਹਿਯੋਗ ਕਰੀਏ ਤੇ ਇਹਦੇ ਇਲਾਜ ਦੇ ਲਈ ਆਪਾਂ ਅੱਗੇ ਆਈਏ। 2 ਲੱਖ ਰੁਪਏ ਦੀ ਇਹਨੂੰ ਲੋੜ ਆ। ਤੁਹਾਡੇ ਅੱਗੇ ਸਾਰਿਆਂ ਅੱਗੇ ਹੱਥ ਬੰਨ ਕੇ ਬੇਨਤੀ ਆ, ਗੂਗਲ ਪੇ ਨੰਬਰ ਤੁਹਾਨੂੰ ਦੇ ਦਿੱਤਾ, ਦੁਬਾਰਾ ਫੇਰ ਬੋਲ ਦਿੰਦੇ ਆ 97,038,131 ਇਹਦਾ ਨੰਬਰ ਆ। ਸਾਰੇ ਮੇਰੇ ਭਰਾ ਜੌਨੀ ਦੀ ਆਪਾਂ ਮਦਦ ਕਰੀਏ ਤਾਂ ਕਿ ਇਹ ਦੁਬਾਰਾ ਆਪਰੇਸ਼ਨ ਕਰਵਾ ਕੇ ਦੁਬਾਰਾ ਫੇਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਉਣ ਯੋਗਾ ਹੋਵੇ। ਇੱਕ ਮੇਰੀ ਬੇਨਤੀ ਉਹਨਾਂ ਭਰਾਵਾਂ ਦੇ ਲਈ ਆ ਜਿਹੜੇ ਭਰਾਵਾਂ ਦੇ, ਕਈ ਵਾਰੀ ਪਤਾ ਅਸੀਂ ਟੂਰਨਾਮੈਂਟਾਂ ਤੇ ਕੀ ਦੇਖਦੇ ਆ, ਕਈ ਬੰਦਿਆਂ ਦੀ ਮਦਦ ਹੋ ਚੁੱਕੀ ਆ, ਕਈ ਬੰਦਿਆਂ ਦਾ ਇਲਾਜ ਹੋ ਚੁੱਕਿਆ, ਪਰ ਉਹ ਫਿਰ ਵੀ ਟੂਰਨਾਮੈਂਟਾਂ ਤੇ ਆਉਂਦੇ ਆ, ਉਹ ਗੇੜਾ ਦੇ ਦਿੰਦੇ ਆ, ਪਰ ਜਦੋਂ ਇਸ ਤਰ੍ਹਾਂ ਦੇ ਉਹ ਨੌਜਵਾਨ ਰਹਿ ਜਾਂਦੇ ਆ। ਸਾਡੀ ਹੱਥ ਬੰਨ ਕੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਭਰਾ ਜਿਨ੍ਹਾਂ ਪਲੇਅਰਾਂ ਦਾ ਇਲਾਜ ਹੋ ਗਿਆ, ਠੀਕ ਆ, ਉਹ ਹੁਣ ਗੇੜੇ ਲਈ ਨਾ ਆਇਆ ਕਰੋ। ਇਸ ਤਰ੍ਹਾਂ ਦੇ ਜਿਹੜੇ ਹੋਰ ਨੌਜਵਾਨ, ਪਹਿਲੀ ਗੱਲ ਤਾਂ ਅਸੀਂ ਅਰਦਾਸ ਕਰਦੇ ਹਾਂ ਕਿ ਇਹਦੇ ਸੱਟ ਨਾ ਲੱਗੇ, ਜਿਹੜੇ ਹੋਰ ਇਸ ਤਰ੍ਹਾਂ ਦੇ ਨੌਜਵਾਨ ਜਿਨ੍ਹਾਂ ਦੇ ਸੱਟਾਂ ਫਿੱਟਾਂ ਲੱਗਦੀਆਂ, ਆਪਾਂ ਸਾਰਿਆਂ ਨੂੰ ਸਾਂਭਣਾ, ਸਾਡੀ ਇਹ ਬੇਨਤੀ ਆ ਸਾਰੇ ਭਰਾਵਾਂ ਨੂੰ। ਜੌਨੀ ਦੇ ਨਾਲ ਵੱਧ ਤੋਂ ਵੱਧ ਖੜਿਓ, ਬਹੁਤ ਬਹੁਤ ਧੰਨਵਾਦ ਜੀ। ਵੀਡੀਓ ਸ਼ੇਅਰ ਕਰ ਦਿਓ, ਬੜੀ ਮਿਹਰਬਾਨੀ।